हाँ जी भाई, यह है नारायणगढ़ पिंड का, साढ़े पिंड का शमशान घाट। तुम मौके के हालात देख सकते हो कि जे कोई कल कोई भी मतलब इतने कोई मौत होंगी है तो पहला लोगों उरे रोटावीटर पा के सफाई करनी पैंदी है, तो उस तो बाद कम होंगे। तो स एक गल होर जी, तुम मौके देख सकते हो, रिश्तेदार भी गालां कढ़दे ने सानू आके भी तुसी थोड़े पिंड दे विच कोई पंचायत नहीं बनी हुई जिहड़ी घट्टो घट्ट शमशान घाट दी सफाई करा सकते ने। तो मौके के हालात नहीं जी, तुसी बाकी देख सकते जी। मैं 10 साल हो गए किसी ने मेरी सैर नहीं ली, आ देख लो मेरे घर का हिला। सीवरेज की बहुत बड़ी समस्या है। सीवरेज पहला कुछ जगह पाया सी ते ओहो मतलब सही नहीं है, वो बंद हो जाता है ते पानी गलिया दे विच सड़कां दे उत्ते खड़दा है। कम तो जी 10-5% ही होया बस पिंड च। सानू लगता सोना इहदा चांदी भी नहीं है, सोने की तो गल बहुत दूर है। शमशान घाट ने 20 साल तो उन्हें एक इट नहीं लगी, 10 साल ये लंघे पहला भी लंघे। बाकी सीवरेज है जोड़ा ये तो 100% नहीं है, सीवरेज थोड़ा है। बाकी आ जोड़ा हूँ पिंड की मतलब फिरनी कह दें आप, चाहे कुछ भी ला लो चार छपेरा, ये च भी पानी की रोड की भी समस्या, लाइट की भी समस्या है। कीड़ा खुश होया जी, साढ़े तो जमी पट्ठा डाउन हो गया जमा। जे तू असल मने जिहड़ा साडे पिंड दा सरपंच थी, मैनू तां लगदा वी ओह पिंड चों बाहर कढ़ना चाहीदा। चंगे तां बस चंगा तां होई नहीं, ना होया कोई नहीं होया, कोई कम नहीं होया। लोकां दा इह मूड बन गया वी यार 10 साल उहनां नूं देते, 10 साल पिंड दे बेकार गए, खराब गए बिलकुल। ਵੀ ਐਤਕੀ ਆਪਾਂ ਨਿਰਮਲ ਸਿੰਘ ਹੋਰਾਂ ਨੂੰ, ਹਮੀਰ ਸਿੰਘ ਦੇ ਪਰਿਵਾਰ ਨੂੰ ਮੌਕਾ ਦਿੰਦੇ ਆ, ਜੇ ਇਹ ਨਹੀਂ ਕੰਮ ਕਰਨਗੇ ਗਾਹ ਨੂੰ ਕਿਸੇ ਨੂੰ ਹੋਰ ਦੇ ਦਾਂਗੇ। ਗਲੀਆਂ ਨਾਲੀਆਂ ਦੇ ਵਿੱਚੋਂ ਲੋਕਾਂ ਨੂੰ ਕੱਢਣਾ, ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਉਹ ਹੈ ਕਿ ਸਾਰੇ ਪਿੰਡ ਦਾ ਆਪਾਂ ਟੋਬਿਆਂ ਦੇ ਹਿਸਾਬ ਨਾਲ ਲੈਵਲ ਕਰਾ ਕੇ ਉਸਦੀ ਜਿੰਨੀ ਉਹਦੀ ਕਪੈਸਿਟੀ ਬਣਦੀ ਆ ਉਹ ਹਿਸਾਬ ਨਾਲ ਕੰਮ, ਚਾਹੇ ਹੌਲੀ ਹੋ ਜਾਏ ਪਰ ਕੰਮ ਇਹ ਹੋਵੇ ਕਿ ਉਸ ਤੇ 20 ਸਾਲ ਬਾਅਦ 'ਚ ਤੁਹਾਨੂੰ ਗੱਲ ਕਰਨ ਦੀ ਲੋੜ ਨਾ ਪਵੇ। ਤਾਂ ਫਿਰਨੀ ਦਾ ਏਰੀਆ ਹੈਗਾ, ਤੁਹਾਨੂੰ ਜੇ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ, ਅੱਜ ਤੋਂ 4 ਮਹੀਨੇ ਪਹਿਲਾਂ ਉੱਥੇ ਗੋਡੇ ਗੋਡੇ ਪਾਣੀ ਹੁੰਦਾ ਸੀ, ਲੋਕ ਗਿਰਦੇ ਸੀ ਰਾਤ ਨੂੰ, ਮੋਟਰਸਾਈਕਲ ਲੰਘਦੇ ਨਹੀਂ ਸੀਗੇ, ਡਿੱਗ ਜਾਂਦੇ ਸੀਗੇ। ਇਹ ਇਸ ਵਿਕਾਸ ਦਾ ਹਾਲ ਹੈ, ਨਾਲੀਆਂ ਦਾ ਹਾਲ, ਸਾਡੇ ਸਿਵਿਆਂ ਦਾ ਜਾ ਕੇ ਹਾਲ ਦੇਖ ਲਓ। ਉਹ ਤੁਹਾਨੂੰ ਜਦੋਂ ਸਾਡੇ ਕੋਈ ਮਰਗਤ ਹੁੰਦੀ ਹੈ, ਕੋਈ ਐਸੀ ਗੈਰ ਸੁਕਾਮੀ ਘਟਨਾ ਹੁੰਦੀ ਹੈ, ਉਸ ਤੋਂ ਪਹਿਲਾਂ ਉੱਥੇ ਜਾ ਕੇ ਰੋਟਾਵੀਟਰ ਚਲਾਉਣੇ ਪੈਂਦੇ ਆ, ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਉੱਥੇ ਜਾ ਕੇ, ਪਾਣੀ ਵੀ ਮਤਲਬ ਬਾਕੀ ਗੱਲਾਂ ਛੱਡੋ, ਰਿਸ਼ਤੇਦਾਰ ਆ ਕੇ ਸਭ ਨੂੰ ਗਾਲਾਂ ਕੱਢਦੇ, ਬਿਲਕੁਲ ਗਾਲਾਂ ਕੱਢਦੇ ਨੇ ਵੀ ਆਹ ਹਾਲ, ਇੱਥੇ ਕੋਈ ਸਰਪੰਚ ਨਹੀਂ, ਕੋਈ ਪੰਚਾਇਤ ਨਹੀਂ। ਬੈਂਚ ਪਿਆ ਗਾ ਬੈਂਕ ਦੇ ਅੱਗੇ, ਉੱਥੇ ਢਲਦੀ ਧੁੱਪ ਆਉਂਦੀ ਹੈ 4 ਵਜੇ ਤੋਂ ਬਾਅਦ, ਕਈ ਵਾਰ ਕੋਈ ਥੱਕਿਆ ਹੋਇਆ ਬਜ਼ੁਰਗ ਹੁੰਦਾ ਕਿ ਉਹ ਤੁਰਿਆ ਨਹੀਂ ਜਾ ਰਿਹਾ, ਉੱਥੇ ਧੁੱਪ 'ਚ ਹੀ ਬਹਿ ਜਾਂਦਾ। ਮਤਲਬ ਕੋਈ ਸ਼ੈੱਡ ਦਾ ਪ੍ਰਬੰਧ ਵੀ ਨਹੀਂ ਹੈਗਾ ਜਿਹਦੇ 'ਚ 20 ਬੰਦੇ ਬੈਠ ਸਕਣ, ਇੱਕ ਸੱਥ ਦੀ ਤਰ੍ਹਾਂ ਉੱਥੇ ਆਪਣਾ ਪੱਖਾ ਲੱਗਿਆ ਹੋਵੇ। ਤੇ ਇਹੋ ਜਿਹੇ ਵੀ ਸਾਡਾ ਇੱਕ ਇਹ ਹੈਗਾ ਵੀ ਬਜ਼ੁਰਗਾਂ ਨੂੰ ਵੀ ਇੱਕ ਸਹੂਲਤ ਦਿੱਤੀ ਜਾਵੇ, ਸਾਰ ਹਰ ਬੰਦਾ ਗਰਮੀ ਦੇ ਵਿੱਚ ਘਰਾਂ 'ਚ ਵੜ ਕੇ ਨਹੀਂ ਬਹਿ ਸਕਦਾ। ਵਿਸ਼ਵਾਸ ਹੈ ਬਾਪੂ ਜੀ, ਪੂਰਾ ਫਿਰਾਂ ਨਹੀਂ, ਪੂਰਾ ਪੂਰਾ 100% ਯਕੀਨ ਹੈ ਜੀ। ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਤੇ ਕੁਝ ਕੁ ਘੰਟਿਆਂ ਦੀ ਜਿਹੜੀ ਲੀਹ ਹੈ ਤਾਂ ਉਹ ਬਾਕੀ ਹੈ ਤੇ ਪਿੰਡ ਦੇ ਲੋਕ ਕਿਹਨੂੰ ਜਿਹੜਾ ਫਤਵਾ ਦਿੰਦੇ ਨੇ, ਕਿਹਦੇ ਸਿਰ ਤੇ ਤਾਜ ਹੈ ਜਿਹੜਾ ਸਰਪੰਚੀ ਦਾ ਸਜਾਉਂਦੇ ਨੇ, ਤਾਂ ਮੈਂ ਅੱਜ ਪਿੰਡ ਨਾਰਾਇਣਗੜ੍ਹ ਦੇ ਵਿੱਚ ਮੌਜੂਦ ਹਾਂ ਵਿੱਚ ਕੀ ਉਹਨਾਂ ਕੰਮਾਂ ਦਾ ਫਤਵਾ ਪਿਆ ਜਾਂ ਫਿਰ ਨਹੀਂ। ਤਾਂ ਗੱਲ ਕੀਤੀ ਜਾਵੇ ਬੀਬੀ ਮਨਜਿੰਦਰ ਕੌਰ ਵੀ ਜਿਹੜੇ ਇਸ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਤਾਂ ਉਹਨਾਂ ਦੇ ਪਤੀ ਹਮੀਰ ਸਿੰਘ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਹਮੀਰ ਜੀ, 10 ਸਾਲ ਪਹਿਲਾਂ ਇੱਕ ਪਰਿਵਾਰ ਲਵੇ ਸਰਪੰਚੀ ਰਹੀ, ਕਿਹੜੇ ਮੋਟਿਵ ਨੂੰ ਲੈ ਕੇ ਜਿਹੜਾ ਤੁਹਾਨੂੰ ਲੋਕਾਂ ਦੇ ਵਿੱਚ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਜੀ ਕੋਈ ਇਹ ਬਹੁਤ ਵਧੀਆ ਤੀਆ ਘਰੇ ਕੰਮ ਜੀ ਲੜਨਾ ਚਾਹੁੰਦੇ ਨਹੀਂ ਤੇ ਜੀ, ਸਾਨੂੰ ਤਾਂ ਲੋਕਾਂ ਨੇ ਵੀ ਜਨਤਾ ਨੇ ਵਿਸ਼ਵਾਸ ਸੀਗਾ ਵੀ ਤੁਸੀਂ ਅੱਗੇ ਆਓ, ਸਾਡਾ ਕੋਈ 10 ਸਾਲ ਦਾ ਕੋਈ ਕੰਮ ਨਹੀਂ ਹੋਇਆ। ਹਮੀਰ ਜੀ, ਜੇਕਰ ਪਰਿਵਾਰ ਦੀ ਗੱਲਬਾਤ ਕੀਤੀ ਜਾਵੇ, ਤੁਸੀਂ ਇੱਕ ਆਮ ਸਧਾਰਨ ਕਿਸਾਨ ਪਰਿਵਾਰ ਨਾਲ ਵਾਕਫ ਹੋ, ਠੀਕ ਹੈ, ਗੱਲਬਾਤ ਕੀਤੀ ਜਾਵੇ ਪਰਿਵਾਰ ਦੀ, ਤਾਂ ਜਿਹੜਾ ਤੁਹਾਡੇ ਪਰਿਵਾਰਕ ਨੇ ਤਾਂ ਕਾਰੋਬਾਰੀ ਨਾਲ ਵਾਕਫ ਰੱਖਦੇ ਹੋ, ਫਿਰ ਸਰਪੰਚੀ ਦੇ ਵਿੱਚ ਕਿਉਂ ਆਉਣਾ ਪਿਆ ਵੀ ਜਿਹੜਾ ਵੀ ਲੋਕਾਂ ਦੇ ਵਿੱਚ ਲੋਕਾਂ ਦੇ ਵਿਸ਼ਵਾਸ? ਇਹਨਾਂ ਨੂੰ ਯਕੀਨ ਹੋ ਗਿਆ ਜੀ, ਜਨਤਾ ਨੂੰ ਯਕੀਨ ਹੋ ਗਿਆ, ਕਿਸੇ 'ਤੇ ਵਿਸ਼ਵਾਸ ਨਹੀਂ ਰਿਹਾ ਇਹਨਾਂ ਨੂੰ। 10 ਸਾਲ ਉਸ ਬੰਦੇ ਨੇ ਕਰ ਲਏ ਜੀ, ਬਾਕੀ ਦਾ ਕੋਈ ਵਿਕਾਸ ਹੋ ਹੀ ਨਹੀਂ ਜੀ। ਕਿਸੇ 10 ਸਾਲਾਂ ਦੇ ਵਿਕਾਸ ਨੂੰ ਲੈ ਕੇ ਜਿਹੜਾ ਚੋਣ ਮੈਨੀਫੈਸਟੋ ਵੀ ਖੋਲ੍ਹ ਲੈਂਦੇ ਆ, ਬਾਈ ਜੀ ਕਿੰਨਾ ਕੁ ਕੰਮ ਜਿਹੜਾ? ਦੇਖੋ ਜੀ, ਸਾਡੇ ਪਿੰਡ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ। ਸੀਵਰੇਜ ਪਹਿਲਾਂ ਕੁਛ ਜਗ੍ਹਾ ਪਾਇਆ ਸੀ
तो वह मतलब सही नहीं है, वह बंद हो जाता है तो पानी गलिया के सड़कों के उत्ते खड़ता है। उस चीज़ तो लोग बहुत परेशान ने। दूजा नंबर जी, साढ़े पिंड का स्कूल बिल्कुल छोटा है, असी इत्थे स्कूल दी बड़े दी डिमांड करते हैं, बारहवीं का स्कूल होना चाहिए भी लड़कियां नू दूजे पिंड च ना जाना पवे। तीजा नंबर जी, साढ़े जिहड़े नरेगा दे काम ने वो पिछले बंदियां ने कुछ घपले किए ने, तो उहदे विच जिहड़े बंदे मजदूरी नहीं करते सी उन्हां नू पैसे पाए गए ने, तो दूजे जिहड़े मजदूर सी उन्हां नू उन्हां दी तनखा उजरत भी नहीं मिली। ठीक है जी, बेनिजमियां हुई ने। एक साढ़े पार्क बनाया सी, पार्क की ग्रांट 14 लाख रुपया आई तो उत्थे किते शो नहीं हो रहा, वो पता नहीं किधर गई, सानू नहीं पता। हुण हमीर सिंह जी दे परिवार ते लगता है भी यकीन है भी जिहड़ा पिंड दा विकास। हाँ जी, सानू साढ़े पिंड दे विच कई लाने संबंध रखते ने, जिमें कोई परजापतां दा लाना हो गया, जिमीदारां दा हो गया, रविदासियां दा हो गया, तो मजहबी सिंघां दा हो गया। उन्हां दे सारे मोतबर बंदियां ने आके हमीर सिंह नूं कहा कि तुसीं अगे आओ तो सरपंची च खड़े हो, असीं तुहानूं वोटां पा के जितावांगे। ठीक है जी, इस करके भी जिहड़े भी पिंड दे अधूरे काम ने वह पहल दे आधार ते कीते जाण। होर भी मौजूद ने, किवें देखदे हो पिंड दे हुण तक दे 10 साल विकास कर जाण ऐ किन्ने किन्ना काम होया पिंड दा? कम तो जी 10-5% हो बस पिंड कहते, पिंड सोने वर्गा लगता है। कह लगता सोना, यदा चांदी भी नहीं है, सोने की तो गल बहुत दूर है। शमशान घाट ने 20 साल तो उन्होंने किश्त नहीं लगी, 10 साल ये लंघ गए, पहला भी लंघ गए। बाकी सीवरेज है जोड़ा, ये तो 100% नहीं है, सीवरेज थोड़ा है। बाकी आ जोड़ा हूँ पिंड की मतलब फिरनी कह दें आप, चाहे कुछ भी ला लो, चार छपेरा ये च भी पानी की आ, रोड की भी समस्या है, लाइट की भी समस्या है। बाकी होर भी कम बहुत ने, जिमें इन्होंने दस्या भी नरेगा का कम है, वह सही नहीं चलिया। बापू जी, पिंड दे विच गल की जाए तो मैं लगता हर एक परिवार को कोई वड्डी लोड़ नहीं होंगी। हाँ। एक गलियां नालियां या फिर साफ सफाई में लैके, पानी के निकासी लैके, लाइटा लैके की लगता है हूँ तक के 10 साल विकास कर? नहीं नहीं, जे लाइटा 10-20 पिछले 6 साल पहला आई है तो भी ला के आम खास बंद लाई। 6 साल का हाले याद है? 6 साल पहला लगे? हाँ, चल दें नहीं चल दें नहीं, वो खास बंद जाके लाती हैं, उस बाद वो भी बंद हो गया, कुछ के घर जी रोशनी मिली। हाँ, बाकी मतलब ए नहीं है भी जिमें आम जनता गरीब। बाकी होर चीज है, प्लाटा की समस्या बहुत है, बहुत गरीबा को बहुत जगह घट है, किसी को 3-3 बिस भी आ, समझा गल, गरीब जनता बहुत औखी है। हर एक उम्मीदवार अपना मैनीफेस्टो लेके लोगों के उतरदा कि लोग उन्होंने कामों का फतवा देंगे ने। बापू जी, की लगता हूँ तक दे 10 साल विकास कार्य कामों कि जो खुश हो? केड़ा खुश होया जी, साढ़े तो जमी पट्ठा डाउन हो गया जमा, जे तू असल मने जिहड़ा साढ़े पिंड का सरपंच थी, मैनू तो लगता भी वह पिंड चो बाहर कढ़ाना चाहिए, एडा उन्हें माड़ा करया विरोध यह क्यों लगता? अहिजा जदों ने कम ही नहीं करया पिंड दा, कोई मैंबर नू नाल अपना तोरिया, पंचायत डोडी मतलब फाट के रखी है उन्हें, कि मौजूदा पंचायत मैंबर? हाँ जी, मैं पंचायत मैंबर रहा। किवें काम होने नहीं दिते? होने नहीं दिते, जदों हुण नाल ही नहीं रहिंदा किसी नू मैंबरां नू, आपदे आप नू हुंदा होगा भी लोकां ने फतवा तां दित्ता है भी उहनां लोकां नू कल्ले नू कौन पुछूगा? नरेगा ने पैसे जिमीदारां नू पवाते, नरेगा ने जिथे सप्प लड़ दिते गए ਉਹ ਕਿਉਂ ਪਵਾਏ ਬਈ ਉਹਨਾਂ ਨੇ ਜ਼ਿਮੀਂਦਾਰਾਂ ਨੂੰ ਕਿਉਂ ਪਵਾਏ? ਹੋਰ ਹੁਣ ਤੱਕ ਕਿੰਨੇ ਕੁ ਕੰਮ ਲੱਗਦੇ ਨੇ ਪਿੰਡ ਦੇ ਵਿੱਚ? ਬਸ ਠੀਕ ਹੈ, ਜਿਹੜਾ ਕੁਛ ਹੈ ਹੁਣ ਤੱਕ ਪਿੰਡ ਦੇ ਵਿੱਚ ਕਿੰਨੇ ਕੁ ਕੰਮ? ਕੰਮ ਤਾਂ ਕਰਵਾਤੇ, ਜਿਹੜੇ ਕਰਵਾਤੇ ਬਸ ਠੀਕ ਹੈ। 7 ਘਰਾਂ ਦੇ ਪੈਸੇ ਮਨਜ਼ੂਰ ਹੋਏ ਹੋਏ, ਉਹ ਵੀ ਮੁਕਰਾਤੇ ਇਹਨਾਂ ਨੇ। ਹੁਣ ਤੱਕ ਗੱਲ ਕੀਤੀ ਜਾਵੇ 10 ਸਾਲ ਦੇ ਵਿਕਾਸ ਕਾਰਜਾਂ ਦੀ, ਤੁਸੀਂ ਪਿੰਡ ਵਾਸੀ ਹੋ, ਕਿਹੜੇ ਕਿਹੜੇ ਕੰਮ ਜਿਹੜੇ ਚੰਗੇ? ਚੰਗੇ ਤਾਂ ਬਸ ਚੰਗਾ ਤਾਂ ਹੋਈ ਨਹੀਂ, ਨਾ ਹੋਇਆ ਨਹੀਂ, ਕੋਈ ਨਹੀਂ ਹੋਇਆ, ਕੋਈ ਕੰਮ ਨਹੀਂ ਹੋਇਆ। ਬਾਕੀ ਆਹ ਨਰੇਗਾ ਦੇ ਵਿਚਾਰਿਆਂ ਦੇ, ਇਹਨਾਂ ਦੇ ਗਰੀਬਾਂ ਦੇ ਪੈਸੇ ਜ਼ਿਮੀਂਦਾਰਾਂ ਨੂੰ ਪਵਾਤੇ, ਸਾਰੇ ਪਿੰਡ ਨੂੰ ਪਤਾ ਹੈਗਾ ਨਹੀਂ ਪਤਾ ਬਈ ਹੈਗਾ ਪਤਾ? ਫਿਰ ਇਹ ਸੁਣੋ, ਹੁਣ ਫਿਰ ਹਮੀਰ ਸਿੰਘ ਜੀ ਦਾ ਪਰਿਵਾਰ ਖੜਾ ਹੋਇਆ? ਹਮੀਰ ਸਿੰਘ ਦਾ ਹਾਂ ਪਰਿਵਾਰ ਉਹ ਹੈ, ਠੀਕ ਹੈ, ਠੀਕ ਹੈ ਜੀ, ਠੀਕ ਹੈ, ਯਕੀਨ ਹੈ। ਹਾਂਜੀ, ਵੈਸੇ ਅਸੀਂ ਗੱਲਬਾਤ ਕੀਤੀ ਸੀ, ਪਤਾ ਕੀਤਾ, ਕਹਿੰਦੇ ਵੀ ਇਹ ਤਾਂ ਦੇਸੀ ਸਧਾਰਨ ਕਿਸਾਨ ਪਰਿਵਾਰ ਹੈ, ਨੌਜਵਾਨਾਂ ਦੀ ਗੱਲ ਕਰੀਏ ਇਹਨਾਂ ਦਾ ਪਰਿਵਾਰ ਕਾਰੋਬਾਰੀ ਕੇ ਬੱਚੇ ਨੇ ਜਿਹੜੇ, ਤਾਂ ਫਿਰ ਵੀ ਲੋਕਾਂ ਕਾਰਨ ਜਿਹੜਾ ਚੰਗਾ ਚੰਗਾ ਬੰਦਾ ਹੈ, ਚੰਗਾ।
ਹਰਮੀਤ ਸਿੰਘ ਹਾਂ ਕਰੂਗਾ ਅਗਲੇ 5 ਸਾਲਾਂ ਬਾਅਦ ਜਦੋਂ ਅਸੀਂ ਆਵਾਂਗੇ ਤਾਂ ਕਰੂਗਾ ਹਰਮੀਤ ਸਿੰਘ ਕਰੂਗਾ ਕੰਮ ਕਰੂਗਾ ਹਾਂਜੀ ਬਾਪੂ ਜੀ ਦੀ ਗੱਲ ਵਿੱਚ ਰਹਿ ਗਈ ਬਾਪੂ ਜੀ ਹੋਰ ਕਿਹੜੇ ਕਿਹੜੇ ਕੰਮ ਜਿਹੜੇ ਲੱਗਦੇ ਨਹੀਂ ਜਿਆਦੇ ਨਾ ਤੂੰ ਉਹ ਕਰਵਾ ਬਸ ਜਿਹੜਾ ਕੁਝ ਹੋ ਗਿਆ ਠੀਕ ਹੋ ਗਿਆ ਮੇਰਾ ਸਵਾ ਕੁਝ ਹੋਰ ਲੁੱਟਦਾ ਹੈਗਾ ਤਾਂ ਜਿਹੜੇ ਲੋਕਾਂ ਦਾ ਮੈਂ ਇੱਕਦਮ ਮੈਨੂੰ ਝੇਪ ਝੂਪ ਮੈਂ ਕਿਸੇ ਦੀ ਨਹੀਂ ਮੰਨਦਾ ਹੈਗਾ ਜਿਹੜੀ ਗੱਲ ਹੁੰਦੀ ਆ ਮੈਂ ਸੱਚੀ ਕਹਿਦਾ ਨਾ ਬਾਪੂ ਜੀ ਜਿੱਦਾਂ ਦੱਸ ਰਹੇ ਸੀ ਕਹਿੰਦੇ ਵੀ ਪੰਚਾਇਤ ਮੈਂਬਰਾਂ ਨੂੰ ਸਰਬ ਸੰਮਤੀ ਨਾਲ ਦੇਤਾ ਵੀ ਤੁਸੀਂ ਲੜੋ ਵੀ ਕੋਈ ਦਿੱਕਤ ਨਹੀਂ ਜਿੱਦਾਂ ਜਿਹੜੇ ਆਪਦੇ ਮੈਂਬਰ ਵੀ ਜਿਹੜੇ ਉਹ ਤਾਂ ਹੁਣ ਤੂੰ ਐਂ ਦੱਸ ਉਹ ਜਦੋਂ ਨਾ ਉਹ ਕਿਸੇ ਨੂੰ ਮੈਂਬਰ ਪਹਿਲੀ ਪੰਚਾਇਤ ਨਹੀਂ ਉਹਨੇ ਮੈਂਬਰ ਆਪਦੇ ਨਾਲ ਤੋਰੇ ਦੁਬਾਰੇ ਜਦੋਂ ਫਿਰ ਜਿੱਤ ਗਿਆ ਫਿਰ ਮੈਂ ਉਹਦੀਆਂ ਮਿੰਨਤਾਂ ਕਰੀਆਂ ਵੀ ਤੂੰ ਆਪਾਂ ਇਕੱਠੇ ਹੋ ਕੇ ਚੱਲੀਏ ਉਹਨੇ ਮੰਨੀ ਨਹੀਂ ਉਹ ਗੱਲ ਅਸੀਂ 5-6 ਮੈਂਬਰ ਇਕੱਠੇ ਹੋ ਕੇ ਆਹ ਮਾੜਾ ਮੋਟਾ ਕੰਮ ਕਰਾਇਆਗਾ ਪਿੰਡ ਦੇ ਵਿੱਚ ਆਮ ਤੁਸੀਂ ਜਿੱਦਾਂ ਪਰਿਵਾਰ ਹੈ ਛੋਟੇ ਮੋਟੇ ਕੰਮ ਹੁੰਦੇ ਨੇ ਗਲੀਆਂ ਨਾਲੀਆਂ ਦਾ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਕੀ ਲੱਗਦਾ ਅੱਜ ਪਿੰਡ ਸਾਫ ਸੁਥਰਾ ਲੱਗਦਾ ਨਾ ਜੀ ਕਿਉਂ ਏਦਾਂ ਕਿਉਂ ਲੱਗਦਾ ਯਾਰ ਨਿਕਾਸ ਹੀ ਨਹੀਂ ਜੀ ਤਾਂ ਵਿਕਾਸ ਨੂੰ ਲੈ ਕੇ ਜਿਹੜੀ ਪੋਲ ਖੋਲ ਵੀ ਇਹ ਜਿਹੜੀ ਨਜ਼ਰ ਆਉਂਦੀ ਹੈ ਮੇਰੇ ਨਾਲ ਸ਼ਾਮ ਜੀ ਮੌਜੂਦ ਨੇ ਸ਼ਾਮ ਜੀ ਤੁਸੀਂ ਵੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਰਹਿੰਦੇ ਹੋ ਪਿੰਡਾਂ ਦੇ ਵਿੱਚ ਵੀ ਰਹਿੰਦੇ ਹੋ ਕਿੰਨਾ ਕੁ ਵਿਕਾਸ ਦਾ ਜਿਹੜਾ ਕੰਮ ਹੋਇਆ ਜਿਹੜਾ ਵਿਕਾਸ ਆ ਰਸਪਿੰਦਰ ਯਾਰ ਇਹ ਤਾਂ ਇਹਨਾਂ ਨੇ ਸਿਰਫ ਆਪਦੇ ਚੇਤਿਆਂ ਦਾ ਕਰਿਆ ਠੀਕ ਹੈ ਇਹਨਾਂ ਨੇ ਮਤਲਬ ਕੋਈ ਦੇਖ ਦੇਖ ਟਿੱਕੇ ਕੱਢੇ ਨੇ ਵੀ ਇਹਦਾ ਕੰਮ ਕਰਨਾ ਇਹਦਾ ਨਹੀਂ ਕਰਨਾ ਜਿਹੜੀ ਹਮੀਰ ਸਿੰਘ ਦੀ ਸੋਚ ਹੈ ਹਮੀਰ ਸਿੰਘ ਦਾ ਮੁੰਡਾ ਨਿਰਮਲ ਸਿੰਘ ਬਹੁਤ ਵਧੀਆ ਉਹਦਾ ਬਿਜ਼ਨਸ ਮੁੰਡੇ ਦਾ ਨੌਜਵਾਨ ਮੁੰਡਾ ਉਹਦੀ ਸੋਚ ਇਹ ਆ ਵੀ ਆਪਾਂ ਪਿੰਡ ਦੇ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲਣਾ ਪਿੰਡ ਦੀ ਰਾਏ ਨਾਲ ਕੰਮ ਕਰਨੇ ਨੇ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਕੰਮ ਕਰਨੇ ਨੇ ਵੀ ਕਿਹੜਾ ਕੰਮ ਕਿਵੇਂ ਕਰਨਾ ਕਿਹੜਾ ਕੰਮ ਨਹੀਂ ਕਿਵੇਂ ਕਰਨਾ ਤੇ ਹੁਣ ਇਹੀ ਗੱਲ ਆ ਵੀ ਲੋਕਾਂ ਦਾ ਇਹ ਮੂਡ ਬਣ ਗਿਆ ਵੀ ਯਾਰ 10 ਸਾਲ ਉਹਨਾਂ ਨੂੰ ਦਿੱਤੇ 10 ਸਾਲ ਪਿੰਡ ਦੇ ਬੇਕਾਰ ਗਏ ਖਰਾਬ ਗਏ ਬਿਲਕੁਲ ਵੀ ਐਤਕੀ ਆਪਾਂ ਨਿਰਮਲ ਸਿੰਘ ਹੋਰਾਂ ਨੂੰ ਹਮੀਰ ਸਿੰਘ ਦੇ ਪਰਿਵਾਰ ਨੂੰ ਮੌਕਾ ਦਿੰਦੇ ਆ ਜੇ ਇਹ ਨਹੀਂ ਕੰਮ ਕਰਨਗੇ ਗਾਹ ਨੂੰ ਕਿਸੇ ਨੂੰ ਹੋਰ ਦੇ ਦਾਂਗੇ ਠੀਕ ਹੈ ਕਹਿਣ ਦਾ ਭਾਵ ਵੀ ਪਿੰਡ ਦੇ ਲੋਕ ਬਦਲਾਅ ਭਾਲ ਰਹੇ ਨੇ ਨਰਾਇਣਗੜ੍ਹ ਪਿੰਡ ਦੇ ਲੋਕ ਬਦਲਾਅ ਭਾਲ ਰਹੇ ਨੇ ਤੇ ਅਸੀਂ ਵੀ ਬਦਲਾਅ ਚਾਹੁੰਦੇ ਹਾਂ ਵੀ ਠੀਕ ਹੈ ਹਮੀਰ ਸਿੰਘ ਦਾ ਪਰਿਵਾਰ ਅੱਗੇ ਆਵੇ ਪਿੰਡ ਦੀ ਸੇਵਾ ਕਰੇ ਤੇ ਜਿਹੜੇ ਲੋਕਾਂ ਦੇ ਕੰਮ ਨੇ ਹੋਣ ਵਾਲੇ ਕਿਸੇ ਗਰੀਬ ਦਾ ਘਰ ਪੈਣ ਵਾਲਾ ਕਿਸੇ ਦੀ ਛੱਤ ਬਦਲਣ ਵਾਲੀ ਆ ਕੁਛ ਵੀ ਹੈ ਉਹ ਕੰਮ ਹੋਣੇ ਚਾਹੀਦੇ ਨੇ ਔਰ ਸਾਨੂੰ ਪੂਰਾ ਯਕੀਨ ਆ ਵੀ ਜੋ ਨਿਰਮਲ ਹੋਰਾਂ ਨੇ ਗੱਲ ਹਮੀਰ ਸਿੰਘ ਹੋਰਾਂ ਨੇ ਗੱਲ ਕਹਿਤੀ ਉਹ ਹਰ ਇੱਕ ਗੱਲ ਪੂਰੀ ਹੋਊਗੀ ਤਾਂ ਵਿਜ਼ਨ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਉਤਰੇ ਨੇ ਤਾਂ ਮੇਰੇ ਨਾਲ ਵੀਰ ਵੀ ਮੌਜੂਦ ਨੇ ਵੀਰੇ ਤੁਸੀਂ ਇੰਨਾ ਵਧੀਆ ਕਾਰੋਬਾਰੀ ਕੰਮ ਕਰਦੇ ਹੋ ਆਪਣਾ ਕੰਮ ਕਾਰ ਸੈੱਟ ਹੈ ਤਾਂ ਕਿਵੇਂ ਪਿੰਡ ਦੇ ਵਿੱਚ ਆਉਣਾ ਪਿਆ ਵੀ ਪਿੰਡ ਦੇ ਲੋਕਾਂ ਦੇ ਲਈ ਪਿੰਡ ਦੇ ਲਈ ਜਿਹੜਾ ਵਿਕਾਸ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਨਾਮ ਨਿਰਮਲ ਹੈ ਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਉਰੇ ਬਹੁਤ ਬਹੁਤ ਧੰਨਵਾਦ ਤੇ ਮੈਂ ਤਾਂ ਬਾਹਰ ਕੰਮ ਕਰਦਾ ਸੀ ਮੈਂ 3-4 ਸਟੇਟਾਂ 'ਚ ਘੁੰਮਦਾ ਰਹਿਣਾ ਬਾਹਰ ਵੀ ਘੁੰਮਦਾ ਰਹਿਣਾ ਤੇ ਇਹ ਸਾਰੇ ਪਤਵੰਤੇ ਸੱਜਣਾਂ ਨੇ ਪਿੰਡ ਦੇ ਲੋਕਾਂ ਨੇ ਖੜੇ ਹੋ ਕੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਸਰਪੰਚੀ ਲੜੋ ਅਸੀਂ ਇਸ ਚੀਜ਼ ਦੇ ਬਿਲਕੁਲ ਹੱਕ 'ਚ ਨਹੀਂ ਸੀ ਪਰ ਫਿਰ ਵੀ ਇੰਨੇ ਲੋਕਾਂ ਦੇ ਕਹਿਣ ਦੇ ਬਾਵਜੂਦ ਤੇ ਘਰਦਿਆਂ ਦੇ ਉਹਦੇ ਨਾਲ ਤਾਂ ਅਸੀਂ ਨੇ ਕਾਗਜ਼ ਭਰੇ ਆ ਉਸ ਤੋਂ ਬਾਅਦ 'ਚ ਜਿਵੇਂ ਸਾਰਿਆਂ ਨੇ ਹੁਣ ਇੱਥੇ ਦੱਸਿਆ ਕਿ ਕੀ ਕੰਮ ਹੋਇਆ ਕੀ ਨਹੀਂ ਹੋਇਆ ਕੰਮ ਨਾ ਹੋਣ ਦਾ ਕਾਰਨ ਦੇਖੋ ਸਰਕਾਰਾਂ ਬਦਲ ਬਦਲ ਕੇ ਆਉਂਦੀਆਂ ਨੇ ਸਭ ਪਿੰਡਾਂ 'ਚ ਪੈਸੇ ਆਉਂਦੇ ਆ ਪਿੰਡਾਂ ਦੇ ਵਿੱਚ ਕੰਮ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਪਾਰਟੀਬਾਜ਼ੀ ਉਹ ਪਾਰਟੀਬਾਜ਼ੀ ਹੁੰਦੀ ਹੈ ਜਿਵੇਂ ਬਾਪੂ ਜੀ ਨੇ ਦੱਸਿਆ ਕਿ ਇੱਥੇ 7 ਮੈਂਬਰ ਨੇ 7 ਮੈਂਬਰਾਂ 'ਚੋਂ 3 ਉਹਦੇ ਕਹੇ 3 ਉਹਨੇ ਕਰ ਲਏ 4 ਉਹਨੇ ਕਰ ਲਏ ਇਹ ਪੰਚਾਇਤ ਤਾਂ ਬਣ ਜਾਂਦੀ ਹੈ ਪੰਚਾਇਤ ਬਣਨ ਤੋਂ ਬਾਅਦ ਉਹਨਾਂ ਨੂੰ ਇਕੱਠੇ ਨਹੀਂ ਰੱਖਿਆ ਜਾਂਦਾ ਸਿਰਫ ਇਸ ਹਿਸਾਬ ਨਾਲ ਕੰਮ ਕਰੇ ਜਾਂਦੇ ਨੇ ਜਾਂ ਕਰਾਏ ਜਾਂਦੇ ਨੇ ਤਾਂ ਜੋ ਅੱਗੇ ਅਗਲੀ ਪੰਚਾਇਤ ਦੀ ਤਿਆਰੀ ਹੋ ਸਕੇ 5 ਸਾਲ ਅੱਜ ਜਿੱਤੇ ਨਹੀਂ ਤੇ ਉਸ ਦਿਨ ਤੋਂ ਤਿਆਰੀਆਂ ਚੱਲਣ ਲੱਗ ਜਾਂਦੀਆਂ ਨੇ ਕਿ ਅਗਲੇ 5 ਸਾਲ ਆਪਾਂ ਨੇ ਉਹਦੇ ਵਿੱਚ ਉਹ ਕਈ ਤਰ੍ਹਾਂ ਦੀਆਂ ਕੁਰੀਤੀਆਂ ਯੂਜ਼ ਕਰਦੇ ਨੇ ਜਿਵੇਂ ਵਾਰਡਬੰਦੀ ਵਾਰਡਬੰਦੀ ਨੂੰ ਉਸ ਆਪਣੇ ਹਿਸਾਬ ਨਾਲ ਸੈੱਟ ਕਰਨਗੇ ਕਿ ਅਸੀਂ ਉਹਨੂੰ ਕਿਵੇਂ ਆਪਣੇ ਜਿੱਤਣ ਦੇ 'ਚ ਯੂਜ਼ ਕਰਨਾਗਾ ਫਿਰ ਪੰਚਾਇਤ ਦੇ ਕੰਮ ਰੋਕ ਕੇ ਰੱਖਣੇ ਇਨ ਦਾ ਸੈਂਸ ਸਰਕਾਰ ਮੋਟਰਾਂ ਦੇ ਲਈ ਜਿਵੇਂ ਸਾਡੇ ਪਿੰਡ 'ਚ ਕਈ ਮੋਟਰਾਂ ਦਾ ਫੰਡ ਆਇਆ ਹੋਇਆ ਸੀਗਾ ਪਿਛਲੇ ਸਮੇਂ ਤੋਂ ਉਹ ਗਰਮੀਆਂ ਤੋਂ ਪਹਿਲਾਂ ਦਾ ਆਇਆ ਹੋਇਆ ਸੀਗਾ ਉਹ 3-4 ਮਹੀਨੇ ਰੋਕ ਕੇ ਰੱਖੀਆਂ ਗਰਮੀਆਂ ਦੇ ਵਿੱਚ ਲੋਕ ਦੂਰੋਂ ਦੂਰੋਂ ਜਾ ਕੇ ਖੇਤਾਂ ਵਾਲੀਆਂ ਮੋਟਰਾਂ 'ਚੋਂ ਪਾਣੀ ਭਰਦੇ ਰਹੇ ਨੇ ਪਰ ਇਹਨਾਂ ਨੇ ਸਿਰਫ ਸਰਪੰਚੀ ਦੀਆਂ ਵੋਟਾਂ ਜਿੱਤਣ ਲਈ ਮੋਟਰਾਂ ਦਾ ਕੰਮ ਕਦੋਂ ਸ਼ੁਰੂ ਕਰਾਇਆ ਜਦੋਂ ਸਰਪੰਚੀ ਦੀਆਂ ਚੋਣਾਂ 'ਚ ਵਿੱਚ 4-5 ਦਿਨ ਰਹਿ ਗਏ ਤੇ ਸਾਡਾ ਮੇਨ ਵਿਜ਼ਨ ਇਹੀ ਆ ਅੱਜ ਤੁਸੀਂ ਸਾਰੇ ਗੱਲ ਕਰ ਰਹੇ ਆਪਾਂ ਪਾਣੀ ਦੇ ਪੀਣ ਵਾਲੇ ਪਾਣੀ ਦੀ ਗੱਲ ਹੋ ਰਹੀ ਆ ਉਰੇ ਸੀਵਰੇਜ ਦੀ ਗੱਲ ਹੋ ਰਹੀ ਆ ਜੋ ਕਿ ਇੱਕ ਬੇਸਿਕ ਸਹੂਲਤਾਂ ਨੇ ਕਿਸੇ ਵੀ ਪਿੰਡ ਦੀਆਂ ਅੱਜ ਆਪਾਂ ਬਹੁਤ ਹੀ ਤਰਾਸਦੀ ਹੈ ਕਿ ਆਪਾਂ ਘੱਟੋ ਘੱਟ 10-15 ਪੰਚਾਇਤਾਂ ਹਟਾ ਚੁੱਕੇ ਹਾਂ 70-75 ਸਾਲ ਪੰਚਾਇਤੀ ਰਾਜ 'ਚ ਹੋ ਗਏ ਅਤੇ ਉਸ ਤੋਂ ਬਾਅਦ 'ਚ ਵੀ ਆਪਾਂ ਉਹ ਬੇਸਿਕ ਲੋੜਾਂ 'ਤੇ ਲੜ ਰਹੇ ਹਾਂ ਜਿਵੇਂ ਕਿ ਹੋ ਗਿਆ ਪੀਣ ਵਾਲਾ ਪਾਣੀ ਸੀਵਰੇਜ ਅਤੇ ਦੂਸਰਾ ਆਪਣਾ ਹੋ ਗਿਆ ਕੱਚੇ ਘਰ ਉਹਦੇ 'ਚ ਵੀ ਮੈਂ ਪਿੰਡ ਦੇ ਵਿੱਚ ਗਿਆ ਬਹੁਤ ਸਾਰੇ ਘਰਾਂ ਨੇ ਗੱਲ ਕਹੀ ਕਿ ਸਾਡੇ ਪਲਾਟ ਕੱਟੇ ਹੋਏ ਸੀ ਪਾਰਟੀਬਾਜ਼ੀ ਦੇ ਚੱਕਰ 'ਚ ਉਹ ਵੀ ਚੀਜ਼ਾਂ ਪੂਰ ਨਹੀਂ ਚੜ੍ਹ ਸਕੀਆਂ
ਤੇ ਦੂਸਰਾ ਕੰਮ ਹੋ ਗਿਆ ਜਦੋਂ ਆਪਾਂ ਹੁਣ ਅਸੀਂ ਪਿੱਛੇ ਸਾਡੇ ਇੱਕ ਸੀਵਰੇਜ ਵੀ ਪਿਆ ਉਧਰਲੀ ਸਾਈਡ ਫਿਰਨੀ ਦੇ ਵਿੱਚ ਉੱਥੇ ਕੀ ਹੋ ਗਿਆ ਉਹਦਾ ਕੋਈ ਪ੍ਰੋਪਰ ਆਪਾਂ ਜਿਵੇਂ ਕਹਿ ਦਈਏ ਸਰਵੇ ਨਹੀਂ ਕਰਾਇਆ ਗਿਆ ਕਿ ਇੱਥੇ ਕਿੱਦੀ ਕਿੰਨੇ ਡਾਇਆ ਦਾ ਆਪਾਂ ਨੂੰ ਚਾਹੀਦੀ ਆ ਪੜੋਲੀ ਚਾਹੀਦੀ ਆ ਉੱਥੇ ਉਹ ਕਪੈਸਿਟੀ ਤੋਂ ਘਟਦੀਆਂ ਪੈ ਗਈਆਂ ਇਸ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਕੰਮ ਤੁਸੀਂ ਅੱਜ ਸ਼ੁਰੂ ਕਰ ਰਹੇ ਹੋ ਘੱਟੋ ਘੱਟ 20 ਸਾਲ ਅੱਜ ਦੇ ਟਾਈਮ ਹਾਈਵੇਜ਼ ਬਣ ਰਹੇ ਨੇ ਉਹ ਆਉਣ ਵਾਲੇ 40-50 ਸਾਲ ਨੂੰ ਮੁੱਖ ਰੱਖ ਕੇ ਬਣਦੇ ਆ ਇਹਨਾਂ ਨੇ ਕੀ ਕੀਤਾ ਹੋਇਆ ਹੈਗਾ ਕਿ ਉੱਥੇ ਜੋ ਅੱਜ ਦੀ ਕਪੈਸਿਟੀ ਆ ਉਸੇ ਨੂੰ ਉਹ ਪੂਰਾ ਨਹੀਂ ਕਰ ਸਕਦੇ ਤਾਂ ਸਾਡਾ ਸਭ ਤੋਂ ਪਹਿਲਾ ਵਿਜ਼ਨ ਇਹ ਹੈ ਗਲੀਆਂ ਨਾਲੀਆਂ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਉਹ ਹੈ ਕਿ ਸਾਰੇ ਪਿੰਡ ਦਾ ਆਪਾਂ ਟੋਬਿਆਂ ਦੇ ਹਿਸਾਬ ਨਾਲ ਲੈਵਲ ਕਰਾ ਕੇ ਉਸ ਦੀ ਜਿੰਨੀ ਉਹਦੀ ਕਪੈਸਿਟੀ ਬਣਦੀ ਆ ਉਸ ਹਿਸਾਬ ਨਾਲ ਕੰਮ 'ਚ ਹੌਲੀ ਹੋ ਜੇ ਪਰ ਕੰਮ ਇਹ ਹੋਵੇ ਕਿ ਉਸ ਤੇ 20 ਸਾਲ ਬਾਅਦ 'ਚ ਤੁਹਾਨੂੰ ਗੱਲ ਕਰਨ ਦੀ ਲੋੜ ਨਾ ਪਵੇ ਤੇ ਤਾਂ ਕਿ ਉਸ ਲੈਵਲ ਦੇ ਹਿਸਾਬ ਨਾਲ ਸਾਰੀਆਂ ਗਲੀਆਂ ਦੇ ਵਿੱਚ ਕਾਮਨ ਜਗ੍ਹਾਵਾਂ ਤੇ ਅਸੀਂ ਮਾਰਕ ਲਗਵਾ ਦਾਂਗੇ ਉਸ ਤੋਂ ਬਾਅਦ 'ਚ ਕੀ ਹੋਊਗਾ ਕਿ ਕੋਈ ਵੀ ਬੰਦਾ ਘਰ ਪਾਉਂਦਾ ਤਾਂ ਉਹ ਆਪਣੇ ਘਰ ਦਾ ਜਿਹੜਾ ਲੈਵਲ ਆ ਉਸ ਹਿਸਾਬ ਨਾਲ ਰੱਖ ਸਕੇ ਤੇ ਦੂਸਰਾ ਸਾਡਾ ਕੰਮ ਇਹ ਹੈ ਕਿ ਜੋ ਸਰਕਾਰ ਦੀ ਕੋਈ ਵੀ ਸਕੀਮ ਆਉਂਦੀ ਆ ਬਹੁਤ ਸਾਰੀਆਂ ਸਕੀਮਾਂ ਇਦਾਂ ਦੀਆਂ ਨੇ ਇੱਥੇ ਜਿਹੜਾ ਬੰਦਾ ਕਚਹਿਰੀਆਂ 'ਚ 10 ਗੇੜੇ ਮਾਰੂਗਾ ਉਹਨੂੰ ਪਤਾ ਲੱਗੂਗਾ ਸੈਂਟਰ ਦੀ ਆਪਣੇ ਇੱਥੇ ਪਸ਼ੂਆਂ ਲਈ ਵੀ ਸਕੀਮ ਆਉਂਦੀ ਆ ਸ਼ੈੱਡ ਬਣਾਉਣ ਲਈ ਇੱਥੇ ਆਪਣੀ ਮਸ਼ੀਨਰੀ ਲਈ ਵੀ ਆਉਂਦੀ ਹੈ ਤੇ ਉਹ ਸਾਰੀਆਂ ਸਕੀਮਾਂ ਲਈ ਇਹ ਸਾਡੀ ਰਿਸਪੋਨਸੀਬਿਲਟੀ ਹੋਊ ਉਹਨਾਂ ਨੂੰ ਦੱਸਣੀਆਂ ਕੋਈ ਅਸੀਂ ਇਦਾਂ ਦਾ ਕੁਝ ਤਿਆਰ ਕਰਾਂਗੇ ਆਫਿਸ ਟਾਈਪ ਕਿ ਜਿਸ ਦੇ ਵਿੱਚ ਸਾਰੀਆਂ ਉਹਨਾਂ ਨੂੰ ਐਜ਼ ਅ ਨੋਟਿਸ ਬੋਰਡ ਤੇ ਚਿਪਕਾਈਆਂ ਜਾਣ ਜਾਂ ਹੋਕਾ ਦੇ ਕੇ ਕਿ ਦੱਸਿਆ ਜਾਣ ਕਿ ਭਾਈ ਆਹ ਬੰਦੇ ਇਹਦੇ 'ਚ ਐਲੀਜੀਬਲ ਹੋ ਸਕਦੇ ਨੇ ਤੇ ਇਹਦੇ ਫਾਰਮ ਇੱਥੋਂ ਮਿਲ ਰਹੇ ਨੇ ਨਾ ਕਿ ਇਹ ਨਾ ਹੋਵੇ ਕਿ ਉਹ ਸਰਪੰਚ ਦੇ ਘਰੇ ਗੇੜੇ ਮਾਰੇ ਤੇ ਉਹ ਕਹਿ ਦੇ ਤੂੰ ਤਾਂ 11 ਵਜੇ ਆ ਗਿਆ ਬਾਈ 9 ਵਜੇ ਤੱਕ ਮੋਹਰ ਲਾਉਣਾ ਮੈਂ ਮਤਲਬ ਇਹ ਸਾਰੀਆਂ ਚੀਜ਼ਾਂ ਨੇ ਬੇਸਿਕਲੀ ਹੋਰ ਕੋਈ ਸਰਪੰਚ ਕੋਈ ਬਹੁਤੀ ਵੱਡੀ ਪਦਵੀ ਨਹੀਂ ਕਿ ਜੀ ਉਹਨਾਂ ਦਾ ਕਰੋੜਾਂ ਰੁਪਇਆ ਫੰਡ ਆਉਂਦਾ ਬਸ ਇਹ ਹੁੰਦਾ ਕਿ ਜੋ ਪੈਸਾ ਆਵੇ ਉਹ ਸਾਂਝੇ ਲੋਕਾਂ ਦੇ ਉਹਦੇ ਨਾਲ ਜਿਹਨੂੰ ਜ਼ਰੂਰਤ ਆ ਉੱਥੇ ਲੱਗ ਜੇ ਹੋਰ ਕੋਈ ਸਰਪੰਚਾਂ ਕੋਲ ਵੀ ਬਾਹਲਾ ਤੁਸੀਂ ਵੀ ਯੂਥ ਦੇ ਯੂਥ ਹੋ ਇੱਕ ਠੀਕ ਹੈ ਨਾ ਤੁਹਾਨੂੰ ਵੀ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਹੁਣ ਜਦੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਪਿੰਡਾਂ ਦੇ ਵਿੱਚ ਜਾਂਦੇ ਹੋ ਹਰਿਆਣਾ ਅਨਦਰ ਸਟੇਟਸ ਜਾਂਦੇ ਹੋ ਆਪਦੇ ਪਿੰਡ ਨੂੰ ਲੈ ਕੇ ਕਈ ਵਾਰ ਮਨ ਦੇ ਵਿੱਚ ਹੁੰਦਾ ਵੀ ਯਾਰ ਮੇਰੇ ਪਿੰਡ 'ਚ ਵਿਕਾਸ ਕੀ ਹੋਇਆ ਬਿਲਕੁਲ ਬਿਲਕੁਲ ਹੁੰਦਾ ਹੈਗਾ ਇਹਦੇ ਵਿੱਚ ਜਿਵੇਂ ਸਾਡਾ ਬੇਸਿਕ ਸਹੂਲਤਾਂ ਤੋਂ ਉੱਪਰ ਉੱਠੀ ਹੈ ਸਾਡੇ ਪਿੰਡ ਕੋਈ ਲਾਇਬ੍ਰੇਰੀ ਨਹੀਂ ਹੈਗੀ ਤੇ ਅਸੀਂ ਪਿੰਡ ਦੇ ਇਸ ਹਿੱਸੇ ਦੇ ਵਿੱਚ ਰਹਿੰਦੇ ਹਾਂ ਇੱਧਰ ਸਾਡੀ ਬਹੁਤ ਗਿਣਤੀ ਆਬਾਦੀ ਇੱਧਰ ਵੱਸਦੀ ਹੈ ਤੇ ਇਹਨਾਂ ਦੇ ਬੈਠਣ ਦੇ ਲਈ ਇਹ ਜਿਵੇਂ ਬਾਬਾ ਜੀ ਨਾਲ ਗੱਲ ਹੋਈ ਸੀ ਕਈ ਵਾਰ ਮੈਂ ਨਾ ਇੱਥੋਂ ਜਾਂਦਾ ਹੁੰਦਾ ਮੈਂ ਗੱਡੀ ਨਿਕਲਦਾ ਉੱਥੇ ਕਈ ਵਾਰ ਬਜ਼ੁਰਗ ਹੁੰਦੇ ਆ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਇੱਥੇ ਸਾਡੇ ਇੱਕ ਬੈਂਚ ਪਿਆ ਹੈਗਾ ਬੈਂਕ ਦੇ ਅੱਗੇ ਉੱਥੇ ਢਲਦੀ ਤੋਂ ਪਾਉਂਦੀ ਹੈ 4 ਵਜੇ ਤੋਂ ਬਾਅਦ ਕਈ ਵਾਰ ਕੋਈ ਥੱਕਿਆ ਹੋਇਆ ਬਜ਼ੁਰਗ ਹੁੰਦਾ ਕਿ ਉਹ ਤੁਰਿਆ ਨਹੀਂ ਜਾ ਰਿਹਾ ਉੱਥੇ ਧੁੱਪ 'ਚ ਹੀ ਬਹਿ ਜਾਂਦਾ ਮਤਲਬ ਕੋਈ ਸ਼ੈੱਡ ਦਾ ਪ੍ਰਬੰਧ ਵੀ ਨਹੀਂ ਹੈਗਾ ਜਿਹਦੇ 'ਚ 20 ਬੰਦੇ ਬੈਠ ਸਕਣ ਇੱਕ ਸੱਥ ਦੀ ਤਰ੍ਹਾਂ ਉੱਥੇ ਆਪਣਾ ਪੱਖਾ ਲੱਗਿਆ ਹੋਵੇ ਤੇ ਇਹੋ ਜਿਹਾ ਵੀ ਸਾਡਾ ਇੱਕ ਇਹ ਹੈਗਾ ਵੀ ਬਜ਼ੁਰਗਾਂ ਨੂੰ ਵੀ ਇੱਕ ਸਹੂਲਤ ਦਿੱਤੀ ਜਾਵੇ ਸਾਰ ਹਰ ਬੰਦਾ ਗਰਮੀ ਦੇ ਵਿੱਚ ਘਰਾਂ 'ਚ ਵੜ ਕੇ ਨਹੀਂ ਬਹਿ ਸਕਦਾ ਤਾਂ ਲੋਕ ਇਹਨਾਂ ਕੰਮਾਂ ਦਾ ਫਤਵਾ ਦੇਣਗੇ ਬਿਲਕੁਲ ਜੀ ਅਸੀਂ ਤਾਂ ਦੇਖੋ ਅਸੀਂ ਤਾਂ ਆਪਦਾ ਵਿਜ਼ਨ ਆਪਣੀ ਮਿਹਨਤ ਐਸਾ ਨਹੀਂ ਹੈ ਸਰਪੰਚੀ ਜਿੱਤਣ ਦੀ ਇਕੱਲੀ ਲਾਲਸਾ ਹੈ ਕਿਉਂਕਿ ਸਰਪੰਚੀ ਤੋਂ ਬਾਅਦ ਡਿਊਟੀਆਂ ਹੋਰ ਵੱਧਦੀਆਂ ਨੇ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਫਤਵਾ ਅਸੀਂ ਤਾਂ ਸਿਰਫ ਆਪਣੇ ਕੰਮ ਅੱਗੇ ਰੱਖੇ ਨੇ ਬਾਕੀ ਸਾਨੂੰ ਇਹ ਨਹੀਂ ਹੈ ਕਿ ਦੇ ਇਹਨਾਂ ਨੂੰ ਵਿਸ਼ਵਾਸ ਹੋਊਗਾ ਤਾਂ ਬਿਲਕੁਲ ਦੇਣਗੇ ਹਾਂ ਕਿਵੇਂ ਲੱਗਦਾ ਬਾਈ ਜੀ ਬਾਈ ਜੀ ਨੇ ਵੀ ਚਲੋ ਮੈਨੀਫੈਸਟੋ ਦੱਸਤਾ ਕਿਹੜੇ ਕਿਹੜੇ ਕੰਮ ਹੋਣਗੇ ਇਹਨਾਂ ਕੰਮ ਜੇ ਅੱਜ ਤੋਂ 5 ਸਾਲਾਂ ਬਾਅਦ ਦੇਖੀ ਇਹ ਕੰਮ ਆਉਂਦੇ ਨੇ ਤਾਂ ਲੱਗਦਾ ਪਿੰਡ ਤਰੱਕੀ ਦੇ ਰਾਹ ਤੇ ਬਿਲਕੁਲ ਵੀਰੇ ਦੇਖੋ ਇਹ ਆਪਣਾ ਯੂਥ ਮੁੰਡਾ ਸਾਡੇ ਨਾਲ ਵਧੀਆ ਸਾਰੇ ਮੁੰਡਿਆਂ ਨੇ ਅਸੀਂ ਮੀਟਿੰਗ ਕੀਤੀ ਹੈ ਇਹ ਗੱਲ ਦੀ ਵੀ ਆਪਾਂ ਨੂੰ ਅੱਗੇ ਆਉਣਾ ਪਊ ਜੇ ਪਿੰਡ ਨੂੰ ਸੁਧਾਰਨਾ ਆਪਾਂ ਨੇ ਕਿਉਂਕਿ ਹੁਣ ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ ਇੱਥੇ ਸਾਰਾ ਕੁਝ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਬਸ ਘਪਲੇਬਾਜ਼ੀ ਹੋਈ ਹੈ ਸੋ ਹੁਣ ਇਹੀ ਹੈ ਕਿ ਨਵਾਂ ਵਿਜ਼ਨ ਲੈ ਕੇ ਚੱਲਾਂਗੇ ਤੇ ਪੰਜਾਬ ਦੇ ਨਕਸ਼ੇ ਦੇ ਉੱਤੇ ਅਸੀਂ ਆਪਣੇ ਪਿੰਡ ਨੂੰ ਲੈ ਕੇ ਆਵਾਂਗੇ ਕਿ ਹਾਂਜੀ ਕਿ ਨਰੈਣਗੜ੍ਹ ਵੀ ਕੋਈ ਹੈਗਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਤਾਂ ਹਮੀਰ ਸਿੰਘ ਤੇ ਵਿਸ਼ਵਾਸ ਹੈ ਹਾਂਜੀ ਪੂਰਾ 100% ਹੈ ਬਾਕੀ ਹਾਂ ਬਾਕੀ ਪਿੰਡ ਹਾਂਜੀ ਹਾਂਜੀ ਪੂਰਾ ਵਿਸ਼ਵਾਸ ਹੈ ਬਾਪੂ ਜੀ ਪੂਰਾ ਫਿਰ ਪੂਰਾ 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 ਉਹ ਕਾਕਾ ਗੱਲ ਸੁਣ ਸਾਨੂੰ ਇੰਦਰਾ ਗਾਂਧੀ ਨੇ ਪਲਾਟ ਦਿੱਤੇ ਤੇ ਮੈਂ ਉਹਦੇ ਲੋਨ ਵੀ ਲੈ ਲਿਆ ਮੇਰਾ ਉਹ ਦੱਬੀ ਮੱਠਾ 20-30 ਸਾਲ ਹੋ ਗਏ ਦਿੰਦੇ ਹੀ ਨਹੀਂ ਮੈਨੂੰ ਉਹਦੀ ਰਜਿਸਟਰੀ ਹੋ ਕੇ ਮੈਂ ਲੋਨ ਵੀ ਲੈ ਲਿਆ ਕਹਿੰਦਾ ਉਹਦੇ ਤਾਂ ਹੈ ਹੀ ਨਹੀਂ ਇੱਧਰ ਨੂੰ ਵੱਗ ਗਿਆ ਉੱਧਰ ਨੂੰ ਵੱਗ ਗਿਆ ਮੈਂ ਕਹਿੰਦਾ ਉਹ ਚੱਲ ਪਿੰਡ ਦਾ ਕੰਮ ਹੈ ਦੇ ਦੂਗਾ ਕਦੇ ਕਦੇ ਕਹਿੰਦਾ ਐ ਨੂੰ ਹੋ ਗਿਆ ਕਦੇ ਐ ਨੂੰ ਉਹ ਇਹੋ ਜਿਹੇ ਰੱਖੀ ਬੈਠਾ ਯਕੀਨ ਹੈਗਾ ਬਾਪੂ ਜੀ ਹਮੀਰ ਹਾਂਜੀ ਹਾਂਜੀ ਯਕੀਨ ਹੈ ਜੀ ਯਕੀਨ ਹੈ 100% ਯਕੀਨ ਹੈ ਪੱਕਾ ਯਕੀਨ ਹੈ ਵਿਕਾਸ ਦਾ ਤਾਂ ਯਾਰ ਇਹ ਹੈ ਜੋ ਗਰਾਊਂਡ ਦੀ ਸਚਾਈ ਹੈ ਉਹ ਤਾਂ ਤੁਸੀਂ ਆਪ ਚੱਲ ਕੇ ਦੇਖ ਸਕਦੇ ਹੋ ਇੱਥੇ ਨਾਲੀਆਂ ਦੀ ਕੰਡੀਸ਼ਨ ਦੇਖ ਲਓ ਕੀ ਹੈ ਭਰੀਆਂ ਪਈਆਂ ਨੇ ਲੋਕ ਜਿਹੜਾ ਆਪਦੇ ਘਰ ਮੂਰੋਂ ਸਾਫ਼ ਕਰ ਲੇ ਨਹੀਂ ਕੋਈ ਇੱਥੇ ਸਾਫ਼ ਨਹੀਂ ਕਰਦਾ ਹਾਂ ਕੋਈ ਲੋਕ ਇਹਨਾਂ ਗਲੀਆਂ ਦੇ ਵਿੱਚੋਂ ਨਿਕਲਦੇ ਨੇ ਪਾਣੀ ਇਹ ਲੋਕਾਂ ਦਾ ਪਰ ਸਾਫ਼ ਸਵੀ ਇਹ ਤਾਂ ਫਿਰਨੀ ਦਾ ਏਰੀਆ ਹੈਗਾ ਤੁਹਾਨੂੰ ਜੇ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਅੱਜ ਤੋਂ 4 ਮਹੀਨੇ ਪਹਿਲਾਂ ਉੱਥੇ ਗੋਡੇ ਗੋਡੇ ਪਾਣੀ ਹੁੰਦਾ ਸੀ ਲੋਕ ਗਿਰਦੇ ਸੀ ਰਾਤ ਨੂੰ ਮੋਟਰਸਾਈਕਲ ਲੰਘਦੇ ਨਹੀਂ ਸੀਗੇ
जो आपने एजुकेशन के हिसाब नाल देखिए असी एक लाइब्रेरी का परपज़ भी रखे क्योंकि अपने की है एजुकेशन मैं पिछले 5-6 साल का देख रहा सिर्फ आइल्स तक सीमित रह चुकी है। हुण असी ये सोच रहे हैं कि पिंड दे विच एक गर्ल्स दे लई पहला इनिशियल पहला गर्ल्स दे लई लाइब्रेरी का इंतजाम करांगे तो उत्थे तां जो 3-4 तरह के अखबार कुछ न्यू अपना न्यूज़ आर्टिकल्स ते उस तो बाद बुक्स तां जो उत्थों आके सारा कुछ एक्सेस लै विद वाईफाई एंड 2 डेस्कटॉप सिस्टम हाँ ता कि उत्थों की है जिहड़ी साडी पनीरी है यह और इस तो बाद यह भी रखा असी ने क्योंकि असी भी बहुत एक हंबल बैकग्राउंड तो चले हुए तो जे किसी फैमिली नू कोई किसी का कोई बच्चा अच्छा पढ़ रहा उसनू भी असी पंचायत पद्धर ते उठ के सारे बिना किसी भेदभाव तो असी उन्हों फीस दे विच लैके उन्हों एडमिशन्स दे विच कोई भी प्रोसैस उहदे विच हैल्प कर सके। पिंड दी फिर नहीं देखना भाई जी इस टाइम उस तो पहला उत्थे जाके रोटावेटर चलाने पैंदे है पानी का कोई प्रबंध नहीं है उत्थे जाके पानी भी मतलब बाकी गल्लां छोड़ो रिश्तेदार आके सब नूं गालां कढ़दे बिलकुल गालां कढ़दे ने वी आह हाल इत्थे कोई सरपंच नहीं कोई पंचायत नहीं शमशान घाट का साडे पिंड बहुत बुरा हाल है ते उहदे विच एडी डी जा गाजर बूटी उगी पई है ते उत्थे कोई बैठण दा प्रबंध नहीं उत्थे लोक मतलब दूजे जाके लैटरिन बाथरूम करदे ने उत्थे बड़ा जदों रात नूं पिंड आउंदे हो तां फिर घरों लाइट तां नहीं लैके निकलनी पैंदी कोई लाइट ही नहीं लगी निकलनी पैंदी है खतरा भी रहिंदा इत्थे नशेड़ी लुटेरे जां जो भी किसे नूं किसे वेले भी कोई हादसा हो सकदा ते सानूं बहुत मतलब ਅਸੀਂ ਅਣਸੁਰੱਖਿਅਤ ਮਹਿਸੂਸ ਕਰਦੇ ਹਾਂ ਜੀ ਹਾਂ ਪੂਰਾ ਯਕੀਨ ਹੈ ਪੂਰਾ ਜੀ ਪੂਰਾ ਬਾਜੀ ਲੱਗਦਾ ਪਿੰਡ ਦਾ ਵਿਕਾਸ ਪੂਰਾ ਬਦਲੂਗਾ ਜੀ ਪੂਰਾ ਬਾਜੀ ਬਾ ਤਾਂ ਹਮੀਰ ਸਿੰਘ ਤੇ ਜਿਹੜਾ ਪਿੰਡ ਵਾਸੀ ਨੇ ਤਾਂ ਉਹ ਵੀ ਪੂਰਾ ਯਕੀਨ ਕਰਦੇ ਨੇ ਕਿ ਜਿਹੜਾ ਹਮੀਰ ਸਿੰਘ ਦਾ ਪਰਿਵਾਰ ਹੈ ਤਾਂ ਉਹ ਜੋ ਪਹਿਲਾਂ ਵਾਲੇ ਸਮੇਂ ਦੇ ਵਿੱਚ ਨਹੀਂ ਪਿੰਡ ਦਾ ਵਿਕਾਸ ਹੋਇਆ ਤਾਂ ਪਰ ਹਮੀਰ ਸਿੰਘ ਦੇ ਪਰਿਵਾਰ ਤੇ ਪੂਰਾ ਯਕੀਨ ਹੈ ਕਿ ਜਦੋਂ ਸਰਪੰਚ ਬਣਦੇ ਨੇ ਤਾਂ ਪਿੰਡ ਦਾ ਜਿਹੜਾ ਵਿਕਾਸ ਹੈ ਤਾਂ ਉਹ ਵੀ ਜ਼ੋਰਾਂ ਸ਼ੋਰਾਂ ਨਾਲ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੀ ਚਰਚਾ ਜਿਹੜੀ ਉਹ ਪੂਰੇ ਪੰਜਾਬ ਪੱਧਰ ਤੇ ਜ਼ਿਲ੍ਹਾ ਸੰਗਰੂਰ ਤੇ ਵੀ ਜਿਹੜੀ ਹੋਵੇਗੀ। ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ।